Chamber of Commerce ਤੇ ਸਾਰੇ ਅਹੁਦੇਦਾਰ ਸਾਹਿਬ ਵੀਰੋ ਤੇ ਖਾਸ ਤੌਰ ਮੇਰੀਆਂ ਪਹਿਣਾ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਕਹਾਂਗੀ ਕਿ ਸ਼ੁਕਰਾਨਾ ਤੁਹਾਨੂੰ ਨਹੀਂ ਮੈਨੂੰ ਕਰਨਾ ਚਾਹੀਦਾ ਹੈ ਸਿੰਗਲਾ ਸਾਹਿਬ ਨੂੰ ਵੀ ਨਹੀਂ ਲੇਕਿਨ ਮੈਨੂੰ ਖਾਸ ਤੌਰ ਤੇ ਕਿਉਂਕਿ ਇਹ ਜਿੱਤ ਮੇਰੀ ਨਹੀਂ ਕਿਤੇ ਨਾ ਕਿਤੇ ਇਹ ਜਿੱਤ ਇਕੱਲੇ ਬਠਿੰਡੇ ਦੀ ਨਹੀਂ ਲੇਕਿਨ ਮੇਰੀਆਂ ਭੈਣਾਂ ਦੀ ਜਿੱਤ ਜ਼ਰੂਰ ਮੈਂ ਮੰਨਦੀ ਹਾਂ ਕਿਉਂਕਿ ਇੱਕ ਔਰਤ ਨੂੰ ਅੱਗੇ ਵਧਣਾ ਕਿੰਨਾ ਔਖਾ ਹੈ ਆਹ ਭੈਣਾਂ ਸਮਝਦੀਆਂ ਨੇ ਅਤੇ ਇਸ ਬਠਿੰਡੇ ਪਾਰਲੀਮੈਂਟਰੀ ਹਲਕੇ ਦੇ ਕਾਮਯਾਬੀ ਵਿੱਚ ਜਿੱਥੇ ਵੀਰਾਂ ਨੇ ਤਾਂ ਸਾਥ ਦਿੱਤਾ ਲੇਕਿਨ ਜਿਹੜੀ ਭੈਣਾਂ ਨੇ ਘਰੋਂ ਬਾਹਰ ਨਿਕਲ ਕੇ ਜਿਹੋ ਜਿਹੀ ਕੈਂਪੇਨਿੰਗ ਇਹਨਾਂ ਨੇ ਬਾਹਰ ਨਿਕਲ ਕੇ ਅਤੇ ਘਰ ਬਹਿ ਕੇ ਆਪਣੇ ਦੋਸਤ ਮਿੱਤਰਾਂ ਸਹੇਲੀਆਂ ਨਾਲ ਕੀਤੀਆਂ ਦੋਨੋਂ ਪੱਖੇ ਜਿਨ੍ਹਾਂ ਲੇਡੀਜ਼ ਨੇ ਕੀਤੀਆਂ ਨੇ ਮੇਰੇ ਖਿਆਲ ਇਹਨਾਂ ਵਾਸਤੇ ਜ਼ੋਰਦਾਰ ਤਾਲੀਆਂ ਕਿਉਂਕਿ ਇਹਨਾਂ ਨੇ ਇਸ ਕਾਮਯਾਬੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਮੈਂ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਮੈਂ ਕਹਿੰਦੀ ਪੁਰਾਣੇ ਤਾਂ ਸਾਰੇ ਭੁੱਲ ਜਾਓ ਸਾਰੇ ਧੋਤੇ ਗਏ ਕਿਉਂਕਿ ਸਰਕਾਰ ਸੀਗੀ ਤੁਸੀਂ ਹਰਾਤਾ ਮਨਜ਼ੂਰ ਲੇਕਿਨ ਜਦ ਸਰਕਾਰ ਜ਼ੋਰ ਅਤੇ ਜ਼ਬਰ ਵਾਲੀ ਵਿਰੋਧੀਆਂ ਦੀ ਹੁੰਦੀ ਹੈ ਉੱਥੇ ਡਟ ਕੇ ਜਿਹੜਾ ਤੁਸੀਂ ਮੁਕਾਬਲਾ ਕੀਤਾ ਇਹਨੂੰ ਜਿੱਤ ਕਹਿੰਦੇ ਨੇ ਅਤੇ ਇਹ ਜਿੱਤ ਤੁਹਾਡੀ ਇਹ ਇਹੋ ਜਿਹੀ ਲੜਾਈ ਸੀ ਜਿਹੜੀ ਲੜਾਈ ਮੈਂ ਨਹੀਂ ਲੜ ਸਕਦੀ ਸੀ ਇਹ ਲੜਾਈ ਤੁਸੀਂ ਲੜੀ ਹੈ ਸੋ ਇਸ ਸਿਹਰੇ ਦੇ ਹੱਕਦਾਰ ਤੁਸੀਂ ਹੋ ਇਹ ਤੁਹਾਡੀ ਮਿਹਨਤ ਤੁਹਾਡੀ ਜਿੱਤ ਤੁਹਾਡੀ ਇਹ ਮੈਂ ਕਹਿ ਸਕਦੀ ਹਾਂ ਮੇਰੇ ਉੱਤੇ ਜਿਹੜੀ ਤੁਸੀਂ ਕਿਰਪਾ ਕੀਤੀ ਹੈ ਹਮੇਸ਼ਾ ਵਾਸਤੇ ਤੁਸੀਂ ਮੈਨੂੰ ਦੇਣਦਾਰ ਬਣਾਇਆ ਹੈ ਪਰਮਾਤਮਾ ਦਾ ਕੋਟਾਨ ਕੋਟ ਸ਼ੁਕਰਾਨਾ ਬਿਕੋਜ਼ ਗੁਰੂ ਸਾਹਿਬ ਨੇ ਅਪਾਰ ਕਿਰਪਾ ਕਰਕੇ ਇਸ ਨਿਮਾਨੇ ਦੀ ਲਾਜ ਪੈ ਰੱਖੀ ਅਤੇ ਵੋਟਾਂ ਦੇ ਸਮੇਂ ਦਾ ਸੰਗਤ ਹੀ ਰੱਬ ਦਾ ਰੂਪ ਲੈਂਦਾ ਹੈ ਅਤੇ ਤੁਹਾਡੇ ਵਿੱਚ ਵੱਸ ਕੇ ਗੁਰੂ ਸਾਹਿਬ ਨੇ ਮੈਨੂੰ ਤੁਹਾਡਾ ਆਸ਼ੀਰਵਾਦ ਦਿਲਾਇਆ ਸੋ ਤਹਿ ਦਿਲੋਂ ਤੁਹਾਡੇ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਆਪਣੇ ਇੱਕ ਇੱਕ ਵਰਕਰ ਦਾ ਇੱਕ ਇੱਕ ਸਪੋਰਟਰ ਦਾ ਅਤੇ ਇੱਕ ਇੱਕ ਵੋਟਰ ਦਾ ਜਿਹਨੇ ਬਿਨਾਂ ਡਰੇ ਡਟ ਕੇ ਮੁਕਾਬਲਾ ਕੀਤਾ ਅਤੇ ਆਪਣਾ ਫੈਸਲਾ ਦੇਣਾ ਸੀਗਾ ਉਹ ਨਿਡਰ ਹੋ ਕੇ ਸੁਣਾਉਣ ਵਾਲਿਆਂ ਨੂੰ ਚੰਗੀ ਤਰ੍ਹਾਂ ਸੁਣਾਇਆ ਤੀਜੀ ਵਾਰੀ ਜਿੱਤਣਾ ਇੱਕ ਵਾਰੀ ਤਾਂ ਬਥੇਰੇ ਜਿੱਤ ਜਾਂਦੇ ਨੇ ਦੋ ਵਾਰੀ ਵੀ ਤੁੱਕੇ ਨਾਲ ਲੋਕ ਜਿੱਤ ਜਾਂਦੇ ਨੇ ਲੇਕਿਨ ਜ਼ੋਰ ਅਤੇ ਜ਼ਬਰ ਦੀ ਸਰਕਾਰ 'ਚ ਤੀਜੀ ਵਾਰੀ ਜਿੱਤਣਾ ਇਹ ਜਿੱਤ ਤੁਹਾਡੀ ਹੈ ਮੇਰੀ ਨਹੀਂ ਮੈਂ ਆਹੀ ਕਹਿ ਸਕਦੀ ਹਾਂ ਕਿ ਮੇਰੇ ਵੱਲੋਂ ਹਰ ਤਰ੍ਹਾਂ ਦੀ ਉਹ ਕੋਸ਼ਿਸ਼ ਕੀਤੀ ਜਾਊਗੀ ਕੋਸ਼ਿਸ਼ਾਂ 'ਚ ਤਾਂ ਮੈਂ ਕਦੇ ਪਹਿਲੇ ਵੀ ਕਸਰ ਨਹੀਂ ਛੱਡੀ ਲੇਕਿਨ ਇਸ ਵਾਰੀ ਖਾਸ ਤੌਰ 'ਤੇ ਆਪਣੇ ਆਪ ਨੂੰ ਤੁਹਾਡਾ ਰਿਣੀ ਅਤੇ ਤੁਹਾਡੇ ਦੇਣਦਾਰ ਸਮਝਦੀ ਹਾਂ ਜਿਹਦੇ ਕਰਕੇ ਮੇਰੀ ਕੋਸ਼ਿਸ਼ਾਂ ਜ਼ਰੂਰ 5 ਗੁਣਾ ਪਹਿਲੇ ਤੋਂ ਵੀ ਵੱਧ ਹੋਣਗੀਆਂ ਆਪਣੇ ਇਲਾਕੇ ਦੀ ਅਤੇ ਆਪਣੇ ਸੂਬੇ ਦੀ ਤਰੱਕੀ ਵਾਸਤੇ ਅੱਜ ਮੈਨੂੰ ਪਤਾ ਹੈ ਕਿ ਸੂਬੇ ਦੀ ਤਰੱਕੀ ਕਿਸ ਤਰ੍ਹਾਂ ਘਟੀ ਹੈਗੀ ਕਿਉਂਕਿ ਦਿੱਲੀ ਵਿੱਚ ਹਰ ਤਰ੍ਹਾਂ ਦੇ ਆਂਕੜੇ ਆਉਂਦੇ ਰਹਿੰਦੇ ਨੇ ਸੂਬਿਆਂ ਦੀ ਕੰਪੈਰੀਜ਼ਨਸ ਹੁੰਦੀਆਂ ਨੇ ਇੰਡਸਟਰੀ ਵਿੱਚ ਕੰਪੈਰੀਜ਼ਨ ਹੁੰਦੀ ਹੈ ਗਰੀਬਾਂ ਦੇ ਹਾਲਾਤ ਵਿੱਚ ਕੰਪੈਰੀਜ਼ਨ ਹੁੰਦੀ ਹੈ ਮਨਰੇਗਾ ਦੇ ਫੰਡਸ ਕਿਵੇਂ ਯੂਟੀਲਾਈਜ਼ ਕੌਣ ਕਰ ਰਿਹਾ ਹਰ ਤਰ੍ਹਾਂ ਦੀ ਕੰਪੈਰੀਜ਼ਨ ਸਾਡੀ ਕੈਬਨਿਟ ਦੇ ਸਾਹਮਣੇ ਆਉਂਦੇ ਨੇ ਅਤੇ ਮੈਨੂੰ ਦੁੱਖ ਜ਼ਰੂਰ ਹੁੰਦਾ ਜਦ ਮੈਂ ਦੇਖਦੀ ਹਾਂ ਕਿ ਸਾਡਾ ਪੰਜਾਬ ਕਿੱਥੇ ਸੀ ਤਾਂ ਪੰਜਾਬ ਕਿੱਥੇ ਪਹੁੰਚ ਗਿਆ ਲੇਕਿਨ ਇਹਨਾਂ ਗੱਲਾਂ ਵਿੱਚ ਮੈਂ ਜਾਣਾ ਨਹੀਂ ਚਾਹੁੰਦੀ ਕਿਉਂਕਿ ਸਿਆਸੀ ਹੋ ਜਾਂਦੀਆਂ ਨੇ ਅੱਜ ਸਿਆਸਤ ਤੋਂ ਉੱਪਰ ਉੱਠ ਕੇ ਮੈਂ ਸਿਰਫ ਆਪਣੇ ਸੂਬੇ ਨੂੰ ਤਾਂ ਆਪਣੇ ਹਲਕੇ ਨੂੰ ਆਪਣੇ ਵੱਲੋਂ ਜੋ ਅਸੀਂ ਦੇ ਸਕਦੇ ਹਾਂ ਉਸ ਦੇਣ ਦੀ ਮੈਂ ਗੱਲ ਕਰਨਾ ਚਾਹੁੰਦੀ ਹਾਂ ਮੈਂ ਸਮਝਦੀ ਹਾਂ ਕਿ ਜਿੱਥੇ ਸਿੰਗਲਾ ਸਾਹਿਬ ਨੇ ਕਿਹਾ ਕਿ ਬੋਝ ਗਰੀਬਾਂ 'ਤੇ ਵਧਿਆ ਲੇਕਿਨ ਜੇ ਬਿਜਲੀ ਦੀ ਬੋਝ ਦੀ ਗੱਲ ਕਰੀਏ ਕਰਲੇ ਗਰੀਬਾਂ 'ਚ ਨਹੀਂ ਇਹ ਬੋਝ ਤੁਹਾਨੂੰ ਵੀ ਮਹਿਸੂਸ ਹੁੰਦਾ ਹੋਗਾ ਜਿਵੇਂ ਬਿਜਲੀ ਦੇ ਬਿੱਲ ਵਧੇ ਨੇ ਹਰੇਕ ਨੂੰ ਮਹਿਸੂਸ ਹੁੰਦਾ ਹੈ ਇਹਦੇ ਬਾਰੇ ਵੀ ਚਲੋ ਆਪਣੇ ਹੱਥ 'ਚ ਨਹੀਂ ਹੈ ਲੇਕਿਨ ਇੱਕ ਚੀਜ਼ ਮੈਂ ਜ਼ਰੂਰ ਸਮਝਦੀ ਹਾਂ ਕਿ ਅੱਜ ਗਰੀਬ ਹੋਏ ਅਮੀਰ ਹੋਏ ਵਪਾਰੀ ਹੋਏ ਦੁਕਾਨਦਾਰ ਹੋਏ ਹਰੇਕ ਚਾਹੁੰਦਾ ਅਸੀਂ ਤਾਂ ਕਰ ਲਈ ਹੁਣ ਸਾਡੇ ਬੱਚੇ ਚੰਗੇ ਰਹਿ ਜਾਣ ਇਹ ਸੈੱਟ ਹੋ ਜਾਣ ਜਿਹੜਾ ਤੁਹਾਡਾ ਸੁਪਨਾ ਹੈ ਉਸ ਸੁਪਨੇ ਨਾਲ ਮੈਂ ਰਿਲੇਟ ਕਰ ਸਕਦੀ ਹਾਂ ਕਿਉਂਕਿ ਇੱਕ ਮਾਂ ਹੋਣ ਦੇ ਨਾਤੇ ਮੇਰਾ ਵੀ ਆਹੀ ਸੁਪਨਾ ਹੈ ਅਤੇ ਕਿਉਂ ਨਾ ਹੁਣ ਮੈਂ ਆਪਣਾ ਟਾਰਗੇਟ ਬਣਾਇਆ ਕਿ ਅਗਲੇ 5 ਸਾਲਾਂ 'ਚ ਬਠਿੰਡੇ ਦੇ ਲੋਕਾਂ ਦੇ ਬੱਚਿਆਂ ਦਾ ਭਵਿੱਖ ਸੁਧਾਰਨ ਵਾਸਤੇ ਉਹਦੇ ਵੱਲ ਪੂਰਾ ਜ਼ੋਰ ਲਾਉਣਾ ਹੈ ਜਿਨ੍ਹਾਂ ਦੇ ਛੋਟੇ ਬੱਚੇ ਨੇ ਉਹਨਾਂ ਨੂੰ ਚੰਗੀ ਐਜੂਕੇਸ਼ਨ ਮਿਲੇ ਜਿਨ੍ਹਾਂ ਦੇ ਵੱਡੇ ਬੱਚੇ ਨੇ ਉਹਨਾਂ ਨੂੰ ਜੋਬ ਦੀ ਓਪਰਚੁਨਿਟੀਜ਼ ਵੱਧ ਤੋਂ ਵੱਧ ਆਪਣੇ ਇਲਾਕੇ 'ਚ ਕ੍ਰੀਏਟ ਕਰੀਏ ਹਾਂ ਮੈਂ ਮੰਨਦੀ ਹਾਂ ਹੈਲਥ ਸੈਕਟਰ 'ਚ ਬਠਿੰਡਾ ਦੇ ਏਮਜ਼ ਆਉਣ 'ਚ ਇਹ ਹਮੇਸ਼ਾ ਵਾਸਤੇ ਬਦਲ ਜੂਗਾ ਤੁਸੀਂ ਭੁੱਲ ਜਾਓਗੇ ਕਿ ਆਹ ਬਠਿੰਡਾ ਕੀ ਸੀਗਾ ਅਗਲੇ 10 ਸਾਲਾਂ 'ਚ ਅੱਜ ਦਾ ਬਠਿੰਡਾ ਵੀ ਤੁਹਾਨੂੰ ਯਾਦ ਨਹੀਂ ਰਹੂਗਾ ਜਿਵੇਂ 10 ਸਾਲ ਪੁਰਾਣਾ ਤੁਹਾਨੂੰ ਬਠਿੰਡਾ ਸ਼ਹਿਰ ਨਹੀਂ ਯਾਦ ਇਹ ਏਮਜ਼ ਦੇ ਚੱਲਣ ਦੇ ਬਾਅਦ ਤਾਂ 20 ਸਾਲ ਬਾਅਦ ਤੁਹਾਡੇ ਬੱਚੇ ਵੀ ਨਹੀਂ ਯਾਦ ਰੱਖਣਗੇ ਕਿਉਂਕਿ ਇੰਨਾ ਵੱਡਾ ਬਦਲਾਵ ਆਊਗਾ ਇਕੱਲੇ ਹੈਲਥ ਸੈਕਟਰ 'ਚ ਨਹੀਂ ਲੇਕਿਨ ਇਹਦਾ ਰਿਪਲ ਇਫੈਕਟ ਵਪਾਰ 'ਚ ਹੋਏ ਟੂਰਿਜ਼ਮ 'ਚ ਹੋਏ ਹਰੇਕ ਚੀਜ਼ 'ਚ ਆਊਗਾ ਲੇਕਿਨ ਮੈਂ ਸਮਝਦੀ ਕਿ ਇਹਨਾਂ 5 ਸਾਲਾਂ 'ਚ ਆਪਾਂ ਕੋਸ਼ਿਸ਼ ਕਰੀਏ ਅਤੇ ਜੇ ਤੁਹਾਡਾ ਸਹਿਯੋਗ ਮਿਲੇ ਖਾਸ ਤੌਰ 'ਚ ਫੂਡ ਪ੍ਰੋਸੈਸਿੰਗ ਸੈਕਟਰ 'ਚ
क्यों ना अपना बठिंडे च आप इनू भी एक हब बनाइए। मैं देखती हाँ देश भर से मेरे को आके मेरे मंत्रालय तो ग्रांटा लैके स्कीम जब मैं पूछती हाँ तुम दसो ये मैं थोनू सेंक्शन कर रही, लेकिन अज तुम काम की कर दो? अज जी साडा कंस्ट्रक्शन का काम है, असं कंस्ट्रक्शन का काम कर दे, फूड नहीं, फूड प्रोसैसिंग बारे तो कुछ नहीं होने इस लाइन से पै रहा। कोई दूजा होगा असी जी हॉस्पिटैलिटी लाइन से हाँ या मेडिकल लाइन से हाँ या मैं इंजीनियर है या मैं हर तरह तरह के लोग आके इस सैक्टर के पै रहे हैं, क्योंकि इन्ना फास्टेस्ट ग्रोइंग सैक्टर है। जिस देश की आबादी बढ़ रही है उत्थे कितने फूड की डिमांड घट सकती है, तो जिमें शहर बढ़ रहे हैं जिते नौकर चाकर नहीं मिलते, काम करन वाले घटते जा रहे हैं, बच्चे बाहर जाके जिहड़े काम कर रहे उन्होंने उस तरह की कुकिंग करन दा समा नहीं मिलता जिमें दादी दादा करते सी, दादी दानिया करदी सीगियां। तो फिर एक प्रोसैसड फूड का सनराइज सैक्टर जिते देश के सब तो फास्टस्ट ग्रोइंग स्पीड से बढ़ रहा है, तो क्यों ये सैक्टर मेरे अपने हल्के से क्यों ना बढ़े, जिदे वास्ते थोड़े सारिया की लोड़ है। मैं सिंगला साहब नूं भी कहा ते थानू सारिया नूं, क्योंकि तुसी इंडस्ट्री दे चेंबर हो, जे तुसी अपने आस पास के सारे शहरों चो जिन्ने थोड़े व्यापारी वीर ने एक सैमीनार मेरे मंत्रालय वालों कराया जाऊगा, थोड़ी सिर्फ इन्नी मदद कि तुसी ओहो जे लोगों नूं बुलाओ जिहड़ा इनवैसट करके या अगे हो के इस काम नूं अगे वधा सकते हैं, या उन्होंने बच्चों नूं तुसी होर किसी लाइन से सैट करना चाहते हो। लेडीज़ होन, नौजवान होन, कोई दुकानदार होए, कोई व्यापारी, कोई नहीं होए, तुसी एहो जे लोकां दी गैदरिंग करो, एक नहीं, दो नहीं, चार नहीं, अड्ड अड्ड शहरां च करो। मेरा मंत्रालय उत्थे सैमीनार करके सारी स्कीमां तुहानूं समझाऊगा ही नहीं, लेकिन तुहाडे तुहाडे सवालां दा जवाब भी दूगा, बैंकां नाल भी लिंक कराऊगा, तुहाडा प्रोजेक्ट भी बनाऊगा, ते पूरे दो ढाई साल जदों तक इंडस्ट्री तुहाडी सैट नहीं होंदी तुहाडी हैंड होल्डिंग भी करके तुहानूं मार्केट जिथे बना के बेचोगे उत्थे ताईं भी लिंक करूगा। लेकिन अगे हो के तुसी कुछ करन वाले तो अगे आओ, मेरे कोल 5 साल है तुहाडी पूरी मदद करन वास्ते। चलो इस इलाके च नहीं होया, लेकिन 42 प्रोजेक्ट्स पूरे पंजाब च पिछले 5 साल च, भावें सरकार ने मेरी कख मदद नहीं की, लेकिन अपने बलबूते च 42 प्रोजेक्ट 1500 करोड़ की लागत के नाल लगा के जिते लखा किसान हूँ। तुम देखो मोगे च एक बंदा मेरे तो एक कोल्ड चेन लैके गया, पहले की काम से, पहले जी सा रियल इस्टेट का काम से, उन्हें कोल्ड चेन लाई है। जब मैं उद्घाटन करन गई इलेक्शन तो पहले 1000 किसान तो वह दुध पिंड पिंड जाके किसे मेरे तो रीफर वैन्स लेते, कलैक्शन वाली मशीन लीतिया, कलैक्ट करके आपका पता नहीं फ्रीशिया की नाम का उन्हें दुध मक्खन घ्यो दही सिर्फ आस पास के मोगे बेचता है, लुधियाने बेचता है, जलंधर वे आस पास के शहर से उन्हें नवा बिजनेस खड़ा करता। तो जे वह कर सकते ने, अज तक मैं अपने लोगों को विदेशों से अपने दौरिया से पेगरो एक साढ़े कोल्ड चेन लै गया, जब मैं पहले मंत्री बनी वर्ल्ड फूड इंडिया 2017 उन्होंने जापान लैके गई, जापान से उन्होंने तालमेल कराया, तो इलेक्शन तो पहले 5 कंटेनर्स मैं फ्लैग ऑफ किए जिते अपनी उगाई हुई सब्जियां जापान में एक्सपोर्ट का काम होता शुरू हो गया। सो जब थोड़ा मंत्री इतने बैठा हुआ थोड़ा लिंकेजेस करने वास्ते थोड़ी मदद करने वास्ते, जो सरकार नहीं करती सरकार को छोड़ो, तुम मेरा फायदा तो उठा के अगे तो हो के बंदे तो मेनू मिलाओ जिहड़ा ये काम अगे ले जाने वास्ते तैयार ने। तो मैं विश्वास दिला सकती हाँ कि बठिंडे नूं आपां पंजाब दा मॉडल फूड प्रोसैसिंग हब बना सकते हैं जे थोड़ा सहयोग करते हैं। हुण एम्स में कल्ले ला के आप दा थोड़ा हेल्थ दा करता, हुण तुसी मेरे फूड प्रोसैसिंग जे तुसी मदद करो, क्योंकि आ एक चीज़ है जिहड़ी मैं आप नहीं ला सकती, मेरा मन चलता तो एक कॉन्फ्लिक्ट ऑफ इंटरेस्ट हो जाता, नहीं तो बादल साहब तो सुखबीर जी नूं फड़ के ही कुछ लगवा लैंदी, लेकिन मंत्री होने के नाते आपके घर च नहीं। ਮੈਂ ਬੇਨਤੀ ਸੀ ਵੀ ਹੁਣ ਤੁਹਾਡਾ ਜਿਹੜਾ ਹੈਗਾ ਪ੍ਰੋਗਰਾਮ ਰੱਖਿਆ ਵਾ ਜਿਹੜਾ ਦਿੱਲੀ ਦੇ ਵਿੱਚ ਵਰਲਡ ਫੂਡ ਇੰਡੀਆ, ਹਾਂ ਉਹਦੇ ਵਿੱਚ ਇੱਥੇ ਇਹਨਾਂ ਨੇ ਸਾਰਿਆਂ ਨੂੰ ਬਿਲਕੁਲ, ਅਤੇ ਇਹ ਜਿਵੇਂ ਵਰਲਡ ਫੂਡ ਇੰਡੀਆ 2017 ਹੋਇਆ ਜਿੱਥੇ ਵਿਦੇਸ਼ਾਂ ਦਾ 1 ਲੱਖ ਕਰੋੜ ਦਾ ਨਿਵੇਸ਼ੀ ਵਿਦੇਸ਼ $14 billion ਦਾ ਹਿੰਦੁਸਤਾਨ 'ਚ ਆਇਆ, ਪੰਜਾਬ ਸਰਕਾਰ ਨੂੰ ਧੱਕਾ ਮਾਰ ਕੇ ਸਰਕਾਰ ਨੇ ਤਾਂ ਕੀ ਅਫਸਰਾਂ ਤੋਂ ਹੀ ਮੈਂ ਉੱਥੇ ਪੰਜਾਬ ਦਾ ਸਟੋਰ 2.5 ਲੱਖ ਕਰੋੜ ਦਾ ਪੰਜਾਬ ਦੇ ਨਾਲ ਵੀ MOU ਸਾਈਨ ਹੋਏ, ਪਤਾ ਨਹੀਂ ਇਹਨਾਂ ਨੇ ਗਾਂ ਅੱਗੇ ਕੀਤਾ ਨਹੀਂ ਕੀਤਾ, ਲੇਕਿਨ ਮੇਰੇ ਸਾਰੇ ਸਾਈਨ, ਕਈ ਪ੍ਰਾਈਵੇਟ ਲੋਕਾਂ ਨੇ ਉੱਥੇ ਆਪ ਦੇ ਕਿੰਨੇ ਸਾਰੇ ਟਾਈਅਪਸ ਕਰਤੇ। ਹੁਣ 1 ਤਰੀਕ ਤੋਂ ਲੈ ਕੇ 4 ਤਰੀਕ ਨਵੰਬਰ 'ਚ ਇੱਕ ਵਾਰ ਫਿਰ ਵਰਲਡ ਫੂਡ ਇੰਡੀਆ 2019 ਲੱਗ ਰਿਹਾ ਹੈਗਾ ਰਾਜਪਥ ਦਿੱਲੀ ਵਿੱਚ, ਅਤੇ ਸਭ ਤੋਂ ਪਹਿਲੇ ਤਾਂ ਸਾਰੇ ਬਠਿੰਡੇ ਨੂੰ ਉਹਨਾਂ 4 ਦਿਨਾਂ ਵਿੱਚ ਆ ਕੇ ਉੱਥੇ ਵਿਜ਼ਿਟ ਜ਼ਰੂਰ ਕਰਨਾ ਹੈ। ਤੁਹਾਡੇ ਵਿੱਚੋਂ ਜੇ ਕੋਈ ਉੱਥੇ ਪਾਰਟੀਸਪੇਟ ਕਰਨਾ ਚਾਹੁੰਦਾ ਹੈ ਤਾਂ ਤੁਹਾਨੂੰ ਤਾਂ ਫ੍ਰੀ 'ਚ ਸਟਾਲ ਮਿਲੂਗਾ, ਬਾਕੀਆਂ ਨੂੰ ਕਿਸੇ ਨੂੰ ਮਿਲੇ ਨਾ ਮਿਲੇ ਦੇਸ਼ 'ਤੇ ਤੁਹਾਨੂੰ ਇਹ ਰਿਕਾਰਡਿੰਗ 'ਚ ਨਾ ਪਾ ਦੇਣਾ।
ਜਿਵੇਂ ਮੈਨੂੰ ਮੋਦੀ ਸਾਹਿਬ ਬਾਰ ਬਾਰ ਕਹਿੰਦੇ ਹਰਸਿਮਰਤ ਜੀ ਆਪ ਪੰਜਾਬ ਸੇ ਬਾਹਰ ਨਿਕਲੀ ਆਪ ਦੇਸ਼ ਕੀ ਮੰਤਰੀ ਹੈ ਸਿਰਫ ਪੰਜਾਬ ਕੀ ਨਹੀਂ ਲੇਕਿਨ ਕੀ ਕਰੀਏ ਇੱਥੇ ਤਾਂ ਪੰਜਾਬ ਦੇ ਵਿੱਚ ਤਾਂ ਪੰਜਾਬ ਹੀ ਫਸਿਆ ਹੈ ਸੋ ਤੁਹਾਨੂੰ ਤਾਂ ਜਿਹੜੀ ਵੀ ਸਪੋਰਟ ਚਾਹੀਦੀ ਹੈ ਉਹ ਕਰਨ ਵਾਸਤੇ ਮੈਂ ਤਿਆਰ ਹਾਂ ਸੋ ਉੱਥੇ ਵਿਜ਼ਿਟ ਵੀ ਕਰਨਾ ਹੈ ਤੁਸੀਂ ਆਪ ਦੇ ਪੂਰੇ ਪੰਜਾਬ 'ਚ ਤੁਹਾਡੇ ਤਾਂ ਇੰਡਸਟਰੀ ਦਾ ਚੇਂਬਰ ਹੈ ਸਾਰਿਆਂ ਨਾਲ ਗੱਲਬਾਤ ਕਰਕੇ ਆਪਾਂ ਨਿਸ਼ਾਨਾ ਆ ਹੈਗਾ ਕਿ ਬੀਬਾ ਬਠਿੰਡੇ ਵੀ ਤਾਂ ਹਮੇਸ਼ਾ ਰਹੂਗਾ ਬਠਿੰਡੇ ਵੀ ਹੁਣ ਬੀਬਾ ਦਾ ਹੋ ਗਿਆ ਹੁਣ ਫੂਡ ਪ੍ਰੋਸੈਸਿੰਗ ਦਾ ਇੱਥੇ ਮਾਡਲ ਬਣ ਕੇ ਪੂਰੇ ਦੇਸ਼ ਵਾਸਤੇ ਬਠਿੰਡਾ ਨਿਕਲਣਾ ਚਾਹੀਦਾ ਹੈਗਾ ਸੋ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਆਪਣੇ ਇੱਕ ਇੱਕ ਸਪੋਰਟਰ ਦਾ ਇੱਕ ਇੱਕ ਵਰਕਰ ਦਾ ਅਤੇ ਆਪਣੀ ਸਾਰੀ ਲੀਡਰਸ਼ਿਪ ਦਾ ਮੈਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।